ਆਪਾਂ ਨੂੰ ਹਰ ਇੱਕ ਬੰਦਾ ਕਹਿੰਦਾ ਕਿ 2-2 ਘੰਟੇ ਬਾਅਦ ਆਪਣੀ ਬਾਡੀ ਨੂੰ ਪ੍ਰੋਟੀਨ ਦੋ ਆਪਣੇ ਮਸਲ ਨੂੰ ਪ੍ਰੋਟੀਨ ਦੋ ਤਾਂ ਕਿ ਤੁਹਾਡੇ ਜੋ ਮਸਲ ਨੇ ਥੋੜੀ ਬਾਡੀ ਐਨਾਬੋਲਿਕ ਚ ਰਹੇ ਕੈਟਾਬੋਲਿਕ ਚ ਨਾ ਜਾਵੇ ਐਨਾਬੋਲਿਕ ਹੁੰਦਾ ਜਾਂ ਬਿਲਡ ਅਪ ਕਰਦੇ ਆ ਕੈਟਾਬੋਲਿਕ ਕੀ ਹੁੰਦਾ ਜਾਂ ਮਸਲ ਦਾ ਮਸਲ ਪ੍ਰੋਟੀਨ ਬ੍ਰੇਕਡਾਊਨ ਹੁੰਦਾ ਪਰ ਜਦ ਤੁਸੀਂ 2-2 ਘੰਟੇ ਬਾਅਦ ਆਪਣੀ ਬਾਡੀ ਨੂੰ ਪ੍ਰੋਟੀਨ ਦਿੰਨੇ ਹੋ ਤੁਹਾਡੇ ਨਿਊ ਮਸਲ ਨਹੀਂ ਬਣਦੇ ਉਹ ਚੀਜ਼ ਦਾ ਤੁਹਾਡੀ ਬਾਡੀ ਲਈ ਨੁਕਸਾਨ ਆ ਜੇ 6 ਵਾਰ ਪ੍ਰੋਟੀਨ ਖਾਣਾ ਉੱਥੇ ਕੀ ਹੁੰਦਾ ਜਦ ਵੀ ਆਪਾਂ ਕੋਈ ਹਾਈ ਪ੍ਰੋਟੀਨ ਮੀਲ ਲੈਨੇ ਆ ਆਪਣਾ ਐਕਟੀਵੇਟ ਹੁੰਦਾ ਐਮਟੋਰ ਐਮਟੋਰ ਲੂਸਿਨ ਦੇ ਨਾਲ ਜ਼ਿਆਦਾ ਐਕਟੀਵੇਟ ਹੁੰਦਾ ਕਿਉਂਕਿ ਹਰ ਇੱਕ ਪ੍ਰੋਟੀਨ ਫੂਡ ਦੇ ਵਿੱਚ ਲੂਸਿਨ ਹੁੰਦਾ ਹੀ ਆ ਲੂਸਿਨ ਨਾਲ ਥੋੜਾ ਐਮਟੋਰ ਐਕਟੀਵੇਟ ਹੁੰਦਾ ਐਮਟੋਰ ਕੀ ਕਰਦਾ ਗਰੋਥ ਐਮਟੋਰ ਹੁੰਦੀ ਆ ਗਰੋਥ ਇੱਕ ਪਾਸੇ ਹੁੰਦੀ ਆ ਮੰਨ ਲਓ ਕੈਟਾਬੋਲਿਕ ਜਿਹਨੂੰ ਕਹਿੰਦੇ ਨੇ ਆਟੋਫਾਜੀ ਹੁਣ ਆਟੋਫਾਜੀ ਉਦੋਂ ਹੁੰਦੀ ਆ ਜਦੋਂ ਆਪਾਂ ਆਪਣੀ ਬੋਡੀ ਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਈਵਨ ਨੋ ਕਾਰਬ ਨੋ ਪ੍ਰੋਟੀਨ ਫਿਰ ਬੋਡੀ ਆਟੋਫਾਜੀ ਤੇ ਹੁੰਦੀ ਆ ਜਾਨੀ ਕਿ ਕੈਟਾਬੋਲਿਕ ਜਦੋਂ ਪ੍ਰੋਟੀਨ ਬ੍ਰੇਕਡਾਊਨ ਹੁੰਦਾ ਐਨਾਬੋਲਿਕ ਹੁੰਦੀ ਆ ਜਦ ਆਪਾਂ ਗ੍ਰੋਥ ਕਰਦੇ ਆ ਚਾਹੇ ਕਾਰਬ ਖਾਣੇ ਇਨਸੂਲਿਨ ਆਪ ਜਾਂਦਾ ਐਨਾਬੋਲ ਹਾਰਮੋਨ ਦਾ ਉਧਰ ਐਮਟੋਰ ਐਕਟੀਵੇਟ ਹੁੰਦਾ ਐਮਟੋਰ ਇਹਦਾ ਦਾ ਐਨਜ਼ਾਈਮ ਇਹ ਵੀ ਤੁਹਾਡੀ ਗ੍ਰੋਥ ਕਰਦਾ ਹੁਣ ਗ੍ਰੋਥ ਔਰ ਕੈਟਾਬੋਲਿਕ ਹੁਣ ਸੁਣ ਚ ਇਹ ਚੀਜ਼ ਲੱਗਦੀ ਆ ਕਿ ਯਾਰ ਆ ਚੀਜ਼ ਵਧੀਆ ਗ੍ਰੋਥ ਵਧੀਆ ਕੈਟਾਬੋਲਿਕ ਮਾੜੀ ਆ ਇਹੀ ਦਾ ਚੀਜ਼ ਆਪਾਂ ਸਮਝਣੀ ਆ ਜੇ ਹੁਣ ਇੱਕ ਪਾਸੇ ਮੰਨ ਲਓ ਤੁਸੀਂ ਓਵਰ ਦੀ ਟਾਈਮ ਗ੍ਰੋਥ ਕਰੀ ਜਾ ਰਹੇ ਹੋ ਤਾਂ ਉਹਦੇ ਆਪਾਂ ਨੂੰ ਮਸਲਾਂ ਦੇ ਵਿੱਚ ਬੈਨੀਫਿਟ ਨਹੀਂ ਨੁਕਸਾਨ ਨਹੀਂ ਕਿਉਂਕਿ ਮਸਲ ਕੈਟਾਬੋਲਿਕ ਤੇ ਜਾਣੇ ਜ਼ਰੂਰੀ ਨੇ ਕਿਉਂ ਕਿਉਂਕਿ ਜੇ ਤੁਸੀਂ ਓਵਰ ਦੀ ਟਾਈਮ 2-2 ਘੰਟੇ ਬਾਅਦ ਆਪਣੀ ਬੋਡੀ ਨੂੰ ਪ੍ਰੋਟੀਨ ਦੰਨੇ ਹੋ ਤੁਸੀਂ ਐਨਾਬੋਲਿਕ ਰਹਨੇ ਹੋ ਤੁਹਾਡਾ ਉਹ ਜਿਹੜਾ ਪ੍ਰੋਟੀਨ ਆ ਉਹ ਬ੍ਰੇਕਡਾਊਨ ਨਹੀਂ ਹੁੰਦਾ ਤੁਹਾਡੇ 올ਡ ਸ਼ੈਲ 올ਡ ਪ੍ਰੋਟੀਨ ਤੁਹਾਡੀ ਬੋਡੀ ਚ ਪਿਆ ਰਹਿੰਦਾ ਕਿਉਂਕਿ ਤੁਸੀਂ ਉਹ ਜਿਹੜੇ 올ਡ ਸ਼ੈਲ ਨੇ ਡੈਥ ਸ਼ੈਲ ਨੇ ਉਹ ਤੁਸੀਂ ਕਦੇ ਬ੍ਰੇਕਡਾਊਨ ਨਹੀਂ ਹੋਣ ਦਿੱਤੇ ਆਪਣੀ ਬੋਡੀ ਨੂੰ ਰੀਸਾਈਕਲ ਨਹੀਂ ਕਦੇ ਕਰਿਆ ਕਿਉਂਕਿ ਹੁਣ 12 ਘੰਟੇ ਦੇ ਵਿੱਚ ਤਾਂ ਪ੍ਰੋਟੀਨ ਹੀ ਖਾਈ ਜਾਂਦੇ ਆ ਆਟੋਫਾਜੀ ਹੁੰਦੀ ਆ ਜਾਂ ਤੁਸੀਂ 16 ਘੰਟੇ ਕੁਝ ਨਹੀਂ ਖਾਂਦੇ ਜਾਂ 20 ਘੰਟੇ ਤੋਂ ਬਾਅਦ ਸ਼ੁਰੂ ਹੁੰਦੀ ਆ ਉਹ ਕੀ ਕਰਦੀ ਆ ਉਹ ਤੁਹਾਡੇ ਜਿਹੜੇ 올ਡ ਪੁਰਾਣਾ ਪ੍ਰੋਟੀਨ ਆ ਉਹਨੂੰ ਬਾਡੀ ਖਾ ਜਾਂਦੀ ਆ ਰੀਸਾਈਕਲ ਕਰਦੀ ਆ ਜੇ ਤੁਸੀਂ ਕੈਟਾਬੋਲਿਕ ਦੰਨੇ ਹੋ 16 ਘੰਟੇ ਦੀ ਫਾਸਟਿੰਗ ਕਰਦੇ ਹੋ ਉਹਦੇ ਵਿੱਚ ਆਪਣੀਆਂ ਦੋ ਮੀਲਾਂ ਖਾਣੇ ਨੂੰ ਟਾਈਮ ਦੰਨੇ ਹੋ ਬਾਡੀ ਨੂੰ 16 ਘੰਟੇ ਦਾ 20 ਘੰਟੇ ਦਾ ਫਾਸਟ ਕਰਦੇ ਹੋ ਬਾਡੀ ਨੂੰ ਆਟੋਫਾਜੀ ਦਾ ਟਾਈਮ ਦੰਨੇ ਹੋ ਜਿਹੜੇ ਤੁਹਾਡੀ ਬਾਡੀ ਚ ਪੁਰਾਣਾ ਪ੍ਰੋਟੀਨ ਪਿਆ ਡੈਥ ਪ੍ਰੋਟੀਨ ਪਿਆ ਬੇਕਾਰ ਪ੍ਰੋਟੀਨ ਪਿਆ ਮਸਲਾਂ ਚ ਪ੍ਰੋਟੀਨ ਬੇਕਾਰ ਪਿਆ ਉਹ ਜਿਹੜਾ ਕਿ ਨਿਊ ਪ੍ਰੋਟੀਨ ਉਹ ਅੰਦਰ ਆਉਣੇ ਦਿੰਦਾ ਤੇ ਸ਼ੈਲ ਨੇ ਜੋ ਤੁਹਾਡੇ ਡੈੱਡ ਸੈੱਲ ਨੇ ਬਾਡੀ ਦੇ ਵਿੱਚ ਉਦਾਂ ਹੀ ਪਏ ਨੇ ਅੱਧ ਮਰੀ ਉਹਨੂੰ ਤੁਸੀਂ ਬਿਲਡ ਅਪ ਨਹੀਂ ਕਰਦੇ ਕਿਉਂਕਿ ਬਾਡੀ ਨੂੰ ਚਾਂਸ ਨਹੀਂ ਦਿੰਦੇ ਓਵਰ ਦੀ ਨਾਮ ਵਖਾਈਏ ਜਾਂਦੇ ਆ 6 6 ਮੀਲਾਂ ਸੋ ਹੁਣ ਇਹ ਚੀਜ਼ ਤੁਹਾਨੂੰ ਲਈ ਬਹੁਤ ਜ਼ਰੂਰੀ ਆ ਜਿੱਥੇ ਇੱਕ ਵਾਰ ਪਾਣੀ ਖੜ੍ਹ ਜਾਂਦਾ ਠੀਕ ਆ ਖੜਾ ਪਾਣੀ ਤੇ ਵਹਿੰਦੇ ਪਾਣੀ 'ਚ ਤੁਸੀਂ ਦੇਖ ਲਓ ਕਿੰਨਾ ਫਰਕ ਹੁੰਦਾ ਇੱਕ ਪਾਸੇ ਤਾਂ ਪਾਣੀ ਚੱਲਦਾ ਇਧਰੋਂ ਸਾਫ਼ ਆਈ ਜਾਂਦਾ ਠੀਕ ਆ ਪੁਰਾਣਾ ਮਤਲਬ ਨਿਕਲ ਹੀ ਜਾਂਦਾ ਇੱਕ ਪਾਸੇ ਤੁਸੀਂ ਖੜਾਈ ਖੜੇ ਹੋ ਆ ਪੁਰਾਣਾ ਕਦੇ ਕੱਢੀ ਹੈ ਨਹੀਂ ਉਹ ਕਹਿੰਦੇ ਨਹੀਂ ਹੁੰਦਾ ਕਿ ਖੜਾ ਪਾਣੀ ਗੰਦਾ ਹੁੰਦਾ ਇਦਾਂ ਹੀ ਆ ਜਵੇਂ ਦੇਣ ਹੁੰਦਾ ਸਿੰਪਲ ਚੀਜ਼ ਆ ਰਾਤ ਹੁੰਦੀ ਆ ਠੀਕ ਆ ਜੇ ਤੁਹਾਨੂੰ ਭੁੱਖ ਲੱਗਦੀ ਆ ਤੁਸੀਂ ਖਾਣੇ ਹੋ ਭੁੱਖ ਦੇਖੋਣ ਇਹ ਵੀ ਇੱਕ ਚੀਜ਼ ਆ ਜੇ ਭੁੱਖ ਨਹੀਂ ਲੱਗੂਈ ਖਾਓ ਕਿਵੇਂ ਜੇ ਮਸਲ ਕੈਟਾਬੋਲਿਕ ਚ ਬ੍ਰੇਕਡਾਊਨ ਨਹੀਂ ਹੋਊਗਾ ਤਾਂ ਨਵਾਂ ਕਿਵੇਂ ਬਣੂਗਾ ਸੋ ਪ੍ਰੋਟੀਨ ਬ੍ਰੇਕਡਾਊਨ ਹੋਣਾ ਜ਼ਰੂਰੀ ਆ 16 ਘੰਟੇ ਚ ਫਾਸਟਿੰਗ ਕਰਿਆ ਕਰੋ ਕਾਰਡੀਓ ਕਰਿਆ ਕਰੋ ਸਵੇਰੀ ਵਰਕਆਊਟ ਕਰਿਆ ਕਰੋ ਤਾਂ ਕਿ ਜੋ ਤੁਹਾਡਾ ਪੁਰਾਣਾ ਪ੍ਰੋਟੀਨ ਉਹ ਬ੍ਰੇਕਡਾਊਨ ਹੋਵੇ ਜਦ ਫਿਰ ਨਵਾਂ ਖਾਮੋ ਕੁਸ਼ ਨਵਾਂ ਪ੍ਰੋਟੀਨ ਖਾਮੋ ਨਿਊ ਪ੍ਰੋਟੀਨ ਬਿਲਡ ਅਪ ਹੋਵੇ ਨਿਊ ਅਮੀਨੋ ਨਵਾਂ ਮਸਲ ਪ੍ਰੋਟੀਨ ਸੋ ਇਹੀ ਸੀਗਾ ਬਹੁਤ ਜਣੇ ਸੋਚਣਗੇ ਕਿ ਯਾਰ ਇਹ ਯਾਰ ਨਵੀਂ ਗੱਲ ਅਜਵੀਰ ਨੇ ਕਹੀ ਆ ਪਰ ਇਹ ਰੂਆ ਸਟੱਡੀ ਨੇ ਇਹ ਜੀ ਸ਼ੋ ਕਰੀ ਹੋਈ ਆ ਕਿ ਕੈਟਾਬੋਲਿਕ ਇਫੈਕਟ ਐਨਾਬੋਲ ਇਫੈਕਟ ਲਈ ਜ਼ਰੂਰੀ ਨੇ ਜੇ ਤੁਸੀਂ ਕੈਟਾਬੋਲਿਕ ਚ ਨਹੀਂ ਰੱਖਦੇ ਮਸਲ ਪੁਰਾਣਾ ਪ੍ਰੋਟੀਨ ਨਹੀਂ ਬ੍ਰੇਕਡਾਊਨ ਕਰਦੇ ਤੁਹਾਡੇ ਨਵੇਂ ਮਸਲ ਨਿਊ ਮਸਲ ਗਰੋ ਨਹੀਂ ਹੋਣੇ ਉਹਨੇ ਠੀਕ ਹੈ ਉਹੀ ਡੈੱਡ ਪੁਰਾਣਾ ਪ੍ਰੋਟੀਨ ਤੁਸੀਂ ਰੱਖੀ ਬੈਠੇ ਹੋ ਜੋ ਤੁਸੀਂ ਕਦੇ ਰੀਸਾਈਕਲ ਹੀ ਨਹੀਂ ਹੋਣ ਦਿੱਤਾ ਕਿਉਂਕਿ ਆਟੋਫਾਜੀ ਸ਼ੁਰੂ ਹੁੰਦੀ ਆ 16 ਘੰਟੇ ਬਾਅਦ ਤੇ ਤੁਸੀਂ ਕੀ ਕਰਦੇ ਹੋ ਦੋ ਦੋ ਘੰਟੇ ਬਾਅਦ ਚੀਜ਼ਾਂ ਖਾਣੇ ਆ ਤੁਸੀਂ 16 ਘੰਟੇ ਦਾ ਕੱਟ ਟਾਈਮ ਦਿੱਤਾ 16 ਜਾਂ 18 ਘੰਟੇ ਬਾਅਦ ਆਟੋਫਾਜੀ ਦੇ ਮੇਨ ਇਫੈਕਟ ਸ਼ੁਰੂ ਕਦੇ-ਕਦੇ 26 ਘੰਟੇ 30 ਘੰਟੇ 36 ਘੰਟੇ ਦਾ ਫਾਸਟ ਵੀ ਕਰਿਆ ਕਰੋ ਤਾਂ ਕਿ ਸੈੱਲ ਤਾਂ ਨੰਮੇ ਵੜਨ ਤੇ ਇੱਕ ਹੋਰ ਚੀਜ਼ ਜਿਹਦਾ ਮਸਲ ਨਾਲ ਕੋਈ ਸਬੰਧ ਨਹੀਂ ਪਰ ਤੁਸੀਂ ਇੱਕ ਜੀ ਦੇਖੋ ਕਿ ਗਰੋਥ ਤੇ ਕੈਟਾਬੋਲਿਕ ਦੋਨੇ ਜ਼ਰੂਰੀ ਨੇ ਜਦ ਤੁਸੀਂ ਗਰੋਥ ਕਰਦੇ ਹੋ ਜਦ ਤੁਹਾਡਾ ਐਂਜਰ ਐਕਟੀਵੇਟ ਹੁੰਦਾ ਉਹ ਬਾਡੀ ਦੇ ਵਿੱਚ ਹਰ ਇੱਕ ਚੀਜ਼ ਦੀ ਗਰੋਥ ਕਰਦੇ ਨੇ ਚਾਹੇ ਉਹ ਕੈਂਸਰ ਸੈੱਲ ਨੇ ਉਹਨਾਂ ਦੇਖੋ ਇਹ ਤਾਂ ਆਪਣੀ ਬਾਡੀ ਬਣੀ ਹੋਈ ਹੈ ਨੇਚਰਲੀ ਗਰੋਥ ਵੀ ਕਰਨੀ ਹੈ ਕੈਟਾਬੋਲਿਕ ਵੀ ਜਾਂਦੀ ਹੈ ਪਰ ਆਪਾਂ ਕੀ ਕਰਦੇ ਆ ਆਪਾਂ ਗਰੋਥ ਕਰੀ ਜਾਂਦੇ ਆ ਓਵਰ ਟਾਈਮ ਗਰੋਥ ਕਰੀ ਜਾਂਦੇ ਆ ਕੈਟਾਬੋਲਿਕ ਚ ਇਹਨੂੰ ਜਾਣ ਜੀ ਦਿੰਦੇ ਜਾਨੀ ਆਟੋਫਾਜੀ ਦੀ ਸਟੇਜ ਤੇ ਫਿਰ ਇਹਦਾ ਮਤਲਬ ਕੀ ਰਿਪੇਅਰ ਨਹੀਂ ਹੁੰਦੀ ਬਾਡੀ ਦੀ ਪਰ ਉੱਥੇ ਜਿੱਥੇ ਆਟੋਫਾਜੀ ਹੁੰਦੀ ਆ ਉਹ ਉਹਨਾਂ ਨੂੰ ਚੀਜ਼ਾਂ ਨੂੰ ਡਾਊਨ ਪਾਉਂਦੀ ਆ ਜਾਂ ਨਹੀਂ ਕੁਛ ਖਾਂਦੇ ਬਾਡੀ ਰਿਕਵਰ ਕਰਦੀ ਆ ਠੀਕ ਆ ਸੋ ਹਰ ਇੱਕ ਚੀਜ਼ ਲਈ ਬੈਲੈਂਸ ਹੋਣਾ ਚਾਹੀਦਾ ਜੇ 16 ਘੰਟੇ ਦੀ ਫਾਸਟ ਕਰਦੇ ਹੋ ਆਪਣਾ 2 ਜਾਂ 3 ਮੀਲਾਂ ਚ ਬੈਲੈਂਸ ਫੂਡ ਖਾਣੇ ਇਵਨ 2 ਦੇ ਸੋ ਮੈਂ ਐਮਟੋਰ ਨੂੰ ਬੈਡ ਨਹੀਂ ਕਹਿੰਦਾ ਐਮਟੋਰ ਗੁੱਡਾ ਗਰੋਥ ਲਈ ਪਰ ਓਵਰ ਦੀ ਟਾਈਮ ਉਹਨੂੰ ਐਕਟੀਵੇਟ ਕਰਨਾ ਤਾਂ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਕੈਂసర్ ਸੈੱਲ ਨੂੰ ਵੀ ਵਾੜਾਵਾ ਦਿੰਦੇ ਹੋ ਤੇ ਆਟੋਫਾਜੀ ਨਹੀਂ ਕਰਦੇ ਹੈਗੇ ਤਾਂ ਤੁਹਾਡੇ ਜੋ ਪੁਰਾਣਾ ਪ੍ਰੋਟੀਨ ਉਹੀ ਪਿਆ ਰਹਿੰਦਾ ਨਵਾਂ ਨਹੀਂ ਬਣਦਾ ਸੋ ਇਹ ਹੀ ਸੀ ਤੁਹਾਡੇ ਲਈ ਇਨਫੋਰਮੇਸ਼ਨ ਜਰੂਰ ਰਿਕੋਰਡ ਕਰਿਓ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵਾਰਚ ਟੇਕ ਕੇਅਰ